ਹਾਂਜੀ ਦੋਸਤ, ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ? ਦੋਸਤੋ, ਕੰਗਣਾ ਰਣੌਤ ਅੱਜ ਕੱਲ੍ਹ ਫਿਰ ਤੋਂ ਚਰਚਾ ਦੇ ਵਿੱਚ ਹੈ। ਕਿਉਂ? ਕਿਉਂਕਿ ਉਹਦੀ ਇੱਕ ਫਿਲਮ ਆਉਣ ਵਾਲੀ ਹੈ ਐਮਰਜੈਂਸੀ, ਅਤੇ ਉਸ ਫਿਲਮ ਦੇ ਵਿੱਚ ਕੰਗਣਾ ਰਣੌਤ ਰੋਲ ਪਲੇ ਕਰ ਰਹੀ ਹੈ ਇੰਦਰਾ ਗਾਂਧੀ ਦਾ। ਪਰ ਜਿਵੇਂ ਹੀ ਇਸ ਫਿਲਮ ਦਾ ਟ੍ਰੇਲਰ ਆਇਆ ਤਾਂ ਬਵਾਲ ਖੜ੍ਹਾ ਹੋ ਗਿਆ। ਕਿਉਂ? ਕਿਉਂਕਿ ਟ੍ਰੇਲਰ ਦੇ ਵਿੱਚ ਇੱਕ ਸੀਨ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਦਿਖਾਇਆ ਗਿਆ ਹੈ, ਉਹਨਾਂ ਦਾ ਰੋਲ ਪਲੇ ਕਰ ਰਿਹਾ ਹੈ ਕੋਈ ਬਾਲੀਵੁੱਡ ਵਾਲਾ ਐਕਟਰ। ਬਸ ਇਹ ਟ੍ਰੇਲਰ ਆਉਣ ਦੀ ਦੇਰ ਸੀ ਕਿ ਚਾਰੇ ਪਾਸੇ ਹੜਕਾ ਮੱਚ ਗਿਆ। ਸਿੱਖ ਸੰਸਥਾਵਾਂ, ਖਾਸ ਕਰਕੇ FGPC ਨੇ ਇਸ ਦਾ ਕਰੜਾ ਨੋਟਿਸ ਲਿਆ। ਸਿੱਖ ਸੰਸਥਾਵਾਂ ਵਿੱਚ ਇਸ ਪ੍ਰਤੀ ਭਾਰੀ ਰੋਸ ਹੈ ਅਤੇ ਸਿੱਖ ਸੰਗਤ ਵੀ ਇਸ 'ਤੇ ਕਰੜਾ ਰੁੱਖ ਅਪਣਾ ਰਹੀ ਹੈ। ਸਿੱਖ ਸੰਸਥਾਵਾਂ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਵਿੱਚ ਸਿੱਖਾਂ ਨੂੰ ਮਾੜਾ ਦਿਖਾਇਆ ਗਿਆ, ਖਾਸ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਮਾੜੀ ਸ਼ਖਸੀਅਤ ਦੇ ਤੌਰ 'ਤੇ ਦਿਖਾਇਆ ਗਿਆ, ਉਹਨਾਂ ਨੂੰ ਇੱਕ ਬੁਰੇ ਬਣਾ ਕੇ ਦਿਖਾਇਆ ਗਿਆ ਫਿਲਮ ਦੇ ਵਿੱਚ। ਉੱਥੇ ਹੀ ਕੁਝ ਸਿੱਖ ਸੰਸਥਾਵਾਂ ਅਤੇ SGPC ਦਾ ਕਹਿਣਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਰੋਲ ਕੀਤਾ ਹੀ ਨਹੀਂ ਜਾ ਸਕਦਾ, ਉਹਨਾਂ ਨੂੰ ਫਿਲਮ ਵਿੱਚ ਨਹੀਂ ਦਿਖਾਇਆ ਜਾ ਸਕਦਾ। ਦੋਸਤੋ, ਇਹੀ ਬਹੁਤ ਸਾਰੇ ਸਿੱਖ ਵਿਦਵਾਨਾਂ ਦਾ ਵੀ ਮੰਨਣਾ ਹੈ ਕਿ ਤੁਸੀਂ ਫਿਲਮ ਦੇ ਵਿੱਚ ਕਿਸੇ ਦੁਆਰਾ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਰੋਲ ਨਹੀਂ ਪਲੇ ਕਰਵਾ ਸਕਦੇ। ਤਾਂ ਦੋਸਤੋ, ਇਸ 'ਤੇ ਤੁਹਾਡਾ ਕੀ ਮੰਨਣਾ ਹੈ? ਕੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਰੋਲ ਕੀਤਾ ਜਾ ਸਕਦਾ ਹੈ ਜਾਂ ਨਹੀਂ? ਅਤੇ ਕੀ ਇਸ ਫਿਲਮ ਦੇ ਵਿੱਚ ਸੱਚਮੁੱਚ ਹੀ ਉਹਨਾਂ ਨੂੰ ਬੁਰੇ ਕਿਰਦਾਰ ਵਿੱਚ ਦਿਖਾਇਆ ਜਾਵੇਗਾ? ਤੁਹਾਡਾ ਇਸ ਕੰਗਣਾ ਰਣੌਤ ਦੀ ਆਉਣ ਵਾਲੀ ਫਿਲਮ ਬਾਰੇ ਕੀ ਵਿਚਾਰ ਹੈ ਸਾਨੂੰ ਕਮੈਂਟ ਕਰਕੇ ਦੱਸਿਓ। ਅਤੇ ਜੇ ਤੁਸੀਂ ਇਸ ਨੂੰ ਹੋਰ ਵੀ ਡਿਟੇਲ ਵਿੱਚ ਜਾਣਨਾ ਚਾਹੁੰਦੇ ਹੋ ਤਾਂ ਉਸ ਵੀਡੀਓ ਦੀ ਲਿੰਕ ਅਸੀਂ ਹੇਠਾਂ ਡਿਸਕ੍ਰਿਪਸ਼ਨ ਵਿੱਚ ਦਿੱਤੀ ਹੋਈ ਹੈ, ਤੁਸੀਂ ਕਲਿੱਕ ਕਰਕੇ ਪੂਰੀ ਵੀਡੀਓ ਡਿਟੇਲ ਵਿੱਚ ਦੇਖ ਸਕਦੇ ਹੋ।